ਸਤਿ ਸ਼੍ਰੀ ਅਕਾਲ ਜੀ ਮੈਂ ਰਾਗਨੀ ਜੋਸ਼ੀ ਤੇ ਤੁਸੀਂ ਦੇਖ ਰਹੇ ਹੋ ਪੀਟੀਸੀ ਪੰਜਾਬੀ ਕੈਨੇਡਾ ਦਾ ਇਮੀਗ੍ਰੇਸ਼ਨ ਸੰਬੰਧੀ ਸਾਡਾ ਖਾਸ ਸ਼ੋਅ ਦਾ ਇਮੀਗ੍ਰੇਸ਼ਨ ਸ਼ੋਅ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਐਲਐਮਆਈ ਬਾਰੇ ਕਿ ਕਿਸ ਤਰ੍ਹਾਂ ਇਹਦੀ ਐਪਲੀਕੇਸ਼ਨ ਫਾਈਲ ਕਰਨੀ ਹੈ ਤੇ ਕੀ ਕੀ ਰਿਕੁਆਇਰਮੈਂਟਸ ਨੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਰਾਜੀਵ ਰਾਮਪਾਲ ਜੀ ਦ ਬਲੂ ਓਸ਼ਨ ਇਮੀਗ੍ਰੇਸ਼ਨ ਤੋਂ ਬਹੁਤ ਬਹੁਤ ਸਵਾਗਤ ਹੈ ਰਾਜੀਵ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਰਾਗਨੀ ਜੀ ਫਾਰ ਹੈਵਿੰਗ ਮੀ ਔਨ 에ਅਰ ਪੀਟੀਸੀਸ ਚੈਨਲ ਦੇ ਸਾਰੇ ਸ਼ੁਰੂਤਿਆਂ ਮੇਰੇ ਵੱਲੋਂ ਸਤਿ ਸ਼੍ਰ ਜੀ ਜੀ ਰਾਜੀਵ ਜੀ ਸ਼ੁਰੂਆਤ ਕਰਦੇ ਆ ਪਹਿਲੇ ਸਵਾਲ ਤੋਂ ਕਿ ਐਲ ਐਮ ਆਈ ਦੀਆਂ ਬੇਸਿਕ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਕੀ ਨੇ ਤੇ ਪ੍ਰੋਸੀਜਰ ਇਹਦਾ ਜਿਹੇ ਬਰੀਫ ਦੇ ਵਿੱਚ ਤੁਸੀਂ ਦੱਸਣਾ ਹੋਵੇ ਤਾਂ ਕੀ ਹੋਏਗਾ ਰਾਗਨੀ ਜੀ ਐਲ ਐਮ ਆਈ ਵਾਸਤੇ ਬੇਸਿਕਲੀ ਐਲ ਐਮ ਆਈ ਹੈ ਕੀ ਇਸ ਕਾਲ ਦਾ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਪ੍ਰੋਗਰਾਮ ਠੀਕ ਹੈ ਜੀ ਉਹ ਡਿਫਰੈਂਟ ਪ੍ਰੋਵਿੰਸ ਦੇ ਵਿੱਚ ਡਿਫਰੈਂਟ ਡਿਫਰੈਂਟ ਰਿਕੁਆਇਰਮੈਂਟਸ ਨੇ ਫॉर ਰਜਿਸਟ੍ਰੇਸ਼ਨ ਬੇਸਿਕ ਰਿਕੁਆਇਰਮੈਂਟ ਇਹ ਹੈ ਵੀ ਕੋਈ ਵੀ ਕੰਪਨੀ ਜਿਨੇ ਐਲ ਐਮ ਆਈ ਲਈ ਅਪਲਾਈ ਕਰਨਾ ਹੋਵੇ ਸੋ ਦੇ ਸ਼ੁੱਡ ਬੀ ਹੈਵਿੰਗ ਅ 1 ਇਅਰ ਆਫ ਐਕਸਪੀਰੀਅੰਸ ਮਤਲਬ ਉਹ ਐਸਟੈਬਲਿਸ਼ ਹੁੰਦੇ ਨੂੰ 1 1 ਇਅਰ ਹੋਣਾ ਜ਼ਰੂਰੀ ਹੈ ਉਹਦੇ ਨਾਲ ਨਾਲ ਉਹਨਾਂ ਨੂੰ ਇੱਕ ਬੰਦਾ ਪੇ ਰੋਲ ਤੇ ਜਿਹੜਾ ਕਿ ਪਰਮਨੈਂਟ ਰੈਜ਼ੀਡੈਂਟ ਹੋਵੇ ਹੀ ਸ਼ੁੱਡ ਬੀ ਔਨ ਅ ਪੇ ਰੋਲ ਪਰਮਨੈਂਟ ਰੈਜ਼ੀਡੈਂਟ ਯਾ ਸਿਟੀਜ਼ਨ ਇਟ ਕੁਡ ਬੀ ਹੀ ਹਿਮਸੈਲਫ ਦਾ ਓਨਰ ਹਿਮਸੈਲਫ ਠੀਕ ਹੈ ਐਟ ਲੀਸਟ 30 ਆਵਰਸ ਪਰ ਵੀਕ ਦੇ ਹਿਸਾਬ ਨਾਲ ਉਹਦੀ ਸੈਲਰੀ ਜਾਣੀ ਚਾਹੀਦੀ ਹੈ ਉਹ ਬੰਦੇ ਜਿਹੜੇ ਨੇ ਐਲਐਮਆਈ ਨੂੰ ਅਪਲਾਈ ਕਰ ਐਲਐਮਆਈ ਵਾਸਤੇ ਅਪਲਾਈ ਕਰ ਸਕਦੇ ਬਟ देयर ਆਰ ਆਲਵੇਸ ਰੂਲ ਟੂ ਦਾ ਐਕਸੈਪਸ਼ਨ ਉਹ ਅਸੀਂ ਬਾਅਦ ਵਿੱਚ ਡਿਸਕਸ ਕਰਾਂਗੇ ਸੋ ਜਿਹੜੇ ਬੰਦੇ ਇਹ ਕਰ ਸਕਦੇ ਨੇ ਉਹਨਾਂ ਨੂੰ ਫਿਰ ਐਲ ਐਮ ਆਈ ਅਗਰ ਉਹਨਾਂ ਨੂੰ ਰਿਕੁਆਇਰਮੈਂਟ ਹੈਗੀ ਹੈ ਦੇ ਨੀਡ ਟੂ ਅਪਲਾਈ ਐਂਡ ਰਜਿਸਟਰਡ ਵਿਦ ਦਾ ਜੌਬ ਬੈਂਕ ਜੌਬ ਬੈਂਕ ਲਈ ਰਜਿਸਟਰ ਕਰਨ ਲਈ ਉਹਨਾਂ ਨੂੰ ਆਰਟੀਕਲ ਆਫ ਇਨਕਾਰਪੋਰੇਸ਼ਨ ਚਾਹੀਦੇ ਨੇ ਵਿਚ ਹੈਜ਼ ਦਾ ਨੇਮ ਐਜ਼ ਵੈਲ ਐਜ਼ ਐਡਰੈਸ ਆਫ ਦਾ ਆਰਗੇਨਾਈਜੇਸ਼ਨ ਪਲਸ ਉਤੇ ڈیٹ ਆਫ ਇਨਸੈਪਸ਼ਨ ਦੀ ਵੀ ਕੰਪਨੀ ਕਦੋਂ ਸ਼ੁਰੂ ਹੋਈ ਹੈ ਉਸ ਤੋਂ ਨਾਲ ਨਾਲ ਉਹਨਾਂ ਨੂੰ ਪੀ ਡੀ 7 ਐ ਪੀ ਡੀ 7 ਐ ਇਜ਼ ਅ ਗਵਰਨਮੈਂਟ ਡਾਕੂਮੈਂਟ ਜਿਹੜਾ ਸੀ ਆਰ ਏ ਤੋਂ ਮਿਲਦਾ ਉਹਦੇ ਵਿੱਚ ਪਤਾ ਲੱਗ ਜਾਂਦਾ ਵੀ ਕਿੰਨੇ ਬੰਦੇ ਪੇਰੋਲ ਤੇ ਨੇ ਟੈਕਸ ਕਿੰਨਾ ਪੇ ਕੀਤਾ ਮੰਥਲੀ ਬੇਸਿਸ ਤੇ ਉਹ ਇਸ਼ੂ ਹੁੰਦੇ ਨੇ ਉਸ ਤੋਂ ਇਲਾਵਾ ਰਜਿਸਟ੍ਰੇਸ਼ਨ ਲਈ ਸਾਨੂੰ 유ਟਿਲਿਟੀ ਬਿਲਸ ਚਾਹੀਦੇ ਨੇ ਉਸ ਆਰਗੇਨਾਈਜੇਸ਼ਨ ਦੇ ਜੇ ਉਹ ਕਿਤੋਂ ਫੋਨ ਯੂਜ਼ ਕਰ ਰਹੇ ਨੇ ਜਾਂ ਉਹਨਾਂ ਦੀ ਲੀਜ਼ ਆਪਣਾ ਐਗਰੀਮੈਂਟ ਹੈਗਾ ਜਿੱਥੇ ਵੀ ਉਹ ਉਹਨਾਂ ਨੇ ਪ੍ਰੈਮਿਸਿਸ ਰੈਂਟ ਤੇ ਲਏ ਨੇ ਜਾਂ ਓਨਰਸ਼ਿਪ ਹੈਗੀ ਆ ਟੈਕਸ ਬਿਲ ਚਾਹੀਦਾ ਸੋ ਥੀਜ਼ ਆਰ ਦਾ ਡਾਕੂਮੈਂਟਸ ਦੈਟ ਵੀ ਨੀਡ ਟੂ ਬੇਸਿਕਲੀ ਐਜ਼ ਅ ਜੈਸਟਰ ਟੂ ਸਟਾਰਟ ਵਰਕ ਵਾਂਸੇ ਵੀ ਸਬਮਿਟ ਦੋਸ ਡਾਕੂਮੈਂਟਸ ਟੂ ਦਾ ਸਰਵਿਸ ਕੈਨੇਡਾ ਫਿਰ ਸਾਨੂੰ ਫਰਦਰ ਜਿਹੜੇ ਨੇ ਉਹਨਾਂ ਦੇ ਫਾਈਨੈਂਸ਼ੀਅਲ ਡਾਕੂਮੈਂਟਸ ਚਾਹੀਦੇ ਨੇ ਜੇ ਕਿਸੇ ਨੇ ਐਨਡੀਆਰ ਤੇ ਟੈਕਸ ਫਾਈਲ ਕਰ ਦਿੱਤੇ ਨੇ ਕੈਜੂਅਲ 100 ਜਾਂ 125 ਇਹ ਕੁਝ ਬੇਸਿਕ ਡਾਕੂਮੈਂਟਸ ਨੇ ਫਿਰ ਉਸ ਤੋਂ ਬਾਅਦ ਫਾਈਨੈਂਸ਼ੀਅਲ ਸਟੈਂਡਿੰਗ ਦੇਖੀ ਜਾਂਦੀ ਵੀ ਕਿਹਾ ਉਹ ਐਲੀਜੀਬਲ ਨੇ ਕਿ ਨਹੀਂ ਸੋ ਥੀਸ ਆਰ ਸਮ ਆਫ ਦਾ ਬੇਸਿਕ ਰਿਕੁਆਇਰਮੈਂਟਸ ਜੀ ਇਹ ਅਸੀਂ ਗੱਲ ਕੀਤੀ এমਪਲੋયર ਦੀ ਸਾਈਡ ਤੋਂ ਕਿ এমਪਲੋયર ਨੇ ਜੇ এমਪਲੋਈ ਨੂੰ ਐਲਐਮਏ ਦੇਣੀ ਹੈ ਉਹਨੂੰ ਲੇਬਰ ਦੀ ਜ਼ਰੂਰਤ ਹੈ ਉਹਨੇ ਅਪਲਾਈ ਕਰਨਾ ਤਾਂ ਕਿਵੇਂ ਕਰਨਾ ਹੈ on the other hand ਜਿਹੜਾ ਐਪਲੀਕੈਂਟ ਹੈ ਜਿੰਨੇ ਜੌਬ ਲੈਣੀ ਹੈ ਉਹਦੇ ਲਈ ਕੀ ਰਿਕੁਆਇਰਮੈਂਟਸ ਨੇ ਔਰ ਉਹ ਕਿਵੇਂ ਅਪਲਾਈ ਕਰ ਸਕਦਾ ਕਿਸੇ ਵੀ ਜੌਬ ਲੈਣ ਲਈ ਬੇਸਿਕਲੀ ਯੂ ਹੈਵ ਟੂ ਮਾਰਕਟ ਯਰਸੈਲਫ ਸਾਰਿਆਂ ਤੋਂ ਜ਼ਰੂਰੀ ਹੈ ਵੀ ਜੇ ਕਿਸੇ ਨੇ ਐਡਵਰਟਾਈਜ਼ਮੈਂਟ ਦੀ ਜੌਬ ਹੈ ਸੋ ਉਹਨੂੰ ਐਡਵਰਟਾਈਜ਼ਮੈਂਟ ਦੀ ਜੌਬ ਲਈ ਦੇਖਣਾ ਪਏਗਾ ਵੀ ਮੇਰੀ ਰਿਕੁਆਇਰਮੈਂਟ এমਪਲੋયર ਨੇ ਕੋਈ ਐਡ ਦਿੱਤੀ ਆ ਸੋ ਹੀ ਹੈਜ਼ ਟੂ ਅਪਲਾਈ ਜਿੱਦਾਂ ਅਸੀਂ ਜੌਬ ਬੈਂਕ ਦੀ ਗੱਲ ਕਰਦੇ ਆਂ ਜੌਬ ਬੈਂਕ ਦੇ ਨਾਲ ਨਾਲ ਜੇ ਐਲ ਐਮ ਆਈ ਦੇ ਦੇਖਿਆ ਜਾਵੇ ਇਹ ਬੇਸਿਕਲੀ ਸਬ ਡਿਵਾਈਡਡ ਹੈ ਹਾਈ ਵੇਜਸ ਤੇ ਲੋ ਵੇਜਸ ਫਿਰ ਉਹਨਾਂ ਦੀ ਅੱਗੇ ਫਿਰ ਰਿਕੁਆਇਰਮੈਂਟਸ ਆ ਵੀ ਹਾਈ ਵੇਜਸ ਲਈ ਤੁਸੀਂ ਕਿਹੜੀਆਂ ਵੈਬਸਾਈਟ ਤੇ ਆਪਣਾ ਐਡਵਰਟਾਈਜ਼ ਕਰਨਾ ਅਪਾਰਟ ਫਰਮ ਦਾ ਜੌਬ ਬੈਂਕ ਸੇਮ ਵੇ ਇਟ ਗੋਜ਼ ਫਾਰ ਦਾ ਲੋ ਵੇਜਸ ਸੋ ਜੋ ਤਾਂ ਲੋ ਵੇਜਸ ਦੀ ਅਸੀਂ ਗੱਲ ਕਰਦੇ ਆਂ ਦੈਨ ਵੀ ਹੈਵ ਟੂ ਅਪਲਾਈ ਫਾਰ ਮਿਨੋਰਟੀ ਗਰੁੱਪ ਐਬੋਰੀਜਨਲ ਜਿਹੜੀ ਮਿਨੋਰਟੀਜ਼ ਨੇ ਉਹਨਾਂ ਵਾਸਤੇ ਸਾਨੂੰ ਮੈਂਡਟਰੀ ਰਿਕੁਆਇਰਮੈਂਟ ਆ ਕਿ ਉੱਥੇ ਵੀ ਐਡਵਰਟਾਈਜ਼ਮੈਂਟ ਕਰਨੀ ਪੈਂਦੀ ਹੈ ਸੋ ਜਿਹੜੀ ਉੱਥੇ ਰਿਕੁਆਇਰਮੈਂਟ ਆ ਜੇ ਕਿਸੇ ਨੇ ਅਪਲਾਈ ਕਰਨਾ ਵਾ ਸੋ ਦੇ ਸ਼ੁਡ ਅਪਲਾਈ ਬੇਸਡ ਔਨ 댓 ਐਂਡ ਐਸ ਫਾਰ ਐਸ ਜੌਬ ਬੈਂਕ ਇਸ ਕਨਸਰਨ ਜੌਬ ਬੈਂਕ ਇਸ ਫਾਰ ਫਸਟ 30 ਡੇਸ ਇਟਸ ਅਵੇਲੇਬਲ ਫਾਰ ਕੈਨੇਡੀਅਨ ਸਿਟੀਜ਼ਨਸ ਐਸ ਵੈਸ ਪਰਮਨੈਂਟ ਰੈਜ਼ ਜਿਹੜੇ ਟੈਂਪੋਰਰੀ ਫੋਰਨ ਵਰਕਰਸ ਜਾਂ ਓਵਰਸੀਜ਼ ਨੇ ਉਹਨਾਂ ਨੂੰ ਅਵੇਲੇਬਿਲਟੀ ਹੈ ਨਹੀਂ ਜੀ ਠੀਕ ਹੈ ਜੀ ਤੇ ਜਿਵੇਂ ਆਊਟਸਾਈਡ ਕੈਨੇਡਾ ਕਿਸੇ ਨੇ ਅਪਲਾਈ ਕਰਨਾ ਹੋਵੇ ਤਾਂ ਉਹਨਾਂ ਨੂੰ ਕੋਈ ਐਲਸ ਤੇ ਕੋਈ ਬੈਂਡ ਦੇ ਕੋਈ ਹੈਗੀ ਰਿਕੁਆਇਰਮੈਂਟ ਕੀ ਇੰਨੇ ਜਿਹੜੇ ਬੇਸਿਸ ਹੋਣਾ ਚਾਹੀਦਾ ਇੰਨਾ ਔਰ ਜਾਂ ਫਿਰ ਉਹਨਾਂ ਦੀ ਕੋਈ ਉੱਧਰ ਸਾਈਡ ਤੋਂ ਕੋਈ ਫੰਡਸ ਦੀ ਰਿਕੁਆਇਰਮੈਂਟ ਜਾਂ ਕੋਈ ਗ੍ਰੈਜੂਏਸ਼ਨ ਜਾਂ ਕੋਈ ਉਹਨਾਂ ਦੀ ਕੁਆਲੀਫਿਕੇਸ਼ਨ ਦੀ ਕੋਈ ਰਿਕੁਆਇਰਮੈਂਟ ਹੋਵੇ ਐਵਰੀ ਜੌਬ ਹੈਜ਼ ਅ ਡਿਫਰੈਂਟ ਰਿਕੁਆਇਰਮੈਂਟਸ ਐਸ ਫਾਰ ਐਲ ਐਮ ਆਈ ਇਸ ਕਨਸਰਨ ਟੈਕਨੀਕਲੀ ਰਿਕੁਆਇਰਮੈਂਟ ਨਹੀਂ ਹੁੰਦੀ ਆਈਲੈਂਡਸ ਦੀ ਬਟ ਇਫ ਯੂ ਆਰ ਅਪਲਾਈਂਗ ਫਾਰ ਅ ਸੀਨੀਅਰ ਮੈਨੇਜਮੈਂਟ ਪੋਜੀਸ਼ਨ ਯੂ ਕੈਨ ਨਾਟ ਐਕਸਪੈਕਟ ਕਿ ਤੁਸੀਂ ਪੰਜ ਬੈਂਡ ਲੈ ਕੇ ਤੇ ਕੋਈ ਵੀ ਮੈਂ ਸੀਨੀਅਰ ਮੈਨੇਜਰ ਦੀ ਜੌਬ ਲਈ ਅਪਲਾਈ ਯੂ ਸ਼ੁੱਡ ਹੈਵ ਅ ਗੁੱਡ ਵੋਕੈਬਲਰੀ ਐਂਡ ਗੁੱਡ ਆਈਲੈਟਸ ਸਕੋਰ ਤਾਂ ਕਿ ਉਹ ਤੁਹਾਡੇ ਪ੍ਰੋਫਾਈਲ ਨਾਲ ਮੈਚ ਕਰੇ ਸੋ ਇਟਸ ਨਾਟ ਅ ਰਿਕੁਆਇਰਮੈਂਟ ਬਟ ਇਟਸ ਆਲਵੇਸ ਗੁੱਡ ਟੂ ਹੈਵ ਥੈਟ ਕਾਈਂਡ ਆਫ ਗੁੱਡ ਸਕੋਰ ਇਨ ਆਈਲੈਟਸ ਤਾਂ ਕਿ ਤੁਹਾਨੂੰ ਜਿਹੜਾ ਵਾ ਕ੍ਰਾਸ ਕੁਐਸਚਨਿੰਗ ਦੇ ਵਿੱਚ ਜਦੋਂ ਐਲਐਮਆਈ ਅਪਰੂਵ ਹੋਣ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਤੇ ਵੀ ਇੰਟਰਵਿਊ ਵੀ ਨਾ ਆਵੇ ਜੇ ਆਵੇ ਤੇ ਯੂ ਹੈਵ ਆਲ ਦਾ ਡਾਕੂਮੈਂਟਸ ਅਵੇਲੇਬਲ ਜੀ ਠੀਕ ਅ ਕਈ ਵਾਰੀ ਇਦਾਂ ਹੁੰਦਾ ਹੈ ਕਿ ਅਸੀਂ ਜਦੋਂ ਐਲਐਮਆਈ ਦਾ ਨਾਮ ਲੈਨੇ ਆ ਤੇ ਨਾਲ ਹੀ ਸਾਡੇ ਦਿਮਾਗ ਦੇ ਵਿੱਚ ਆ ਜਾਂਦਾ ਕਿ ਐਲਐਮਆਈ ਫਰਾਡ ਬਹੁਤ ਚੱਲ ਰਿਹਾ ਪੇਡ ਐਲਐਮਆਈਸ ਜਿਹੜੀਆਂ ਨੇ ਉਹਨਾਂ ਦਾ ਸਿਲਸਿਲਾ ਜਿਹੜਾ ਬਹੁਤ ਚੱਲਦਾ ਹੈ ਔਰ ਹਮੇਸ਼ਾ ਜਿਹੜਾ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹੈ ਜੇ ਅਸੀਂ ਗੱਲ ਕਰੀਏ ਕਿ ਐਪਲੀਕੈਂਟ ਨੇ ਕੋਈ ਜੈਨੂਇਨ 엠ਪਲੋਇਰ ਲੱਭਣਾ ਹੋਵੇ ਔਰ ਇਸ ਤਰ੍ਹਾਂ ਦੇ ਸੈਟਅਪ ਤੋਂ ਬਚਣਾ ਚਾਹੁੰਦਾ ਹੋਵੇ ਉਹ ਫਰਾਡ ਤੋਂ ਬਚਣਾ ਚਾਹੁੰਦਾ ਹੋਵੇ ਜੈਨੂਇਨ 엠ਪਲੋਇਰਸ ਦੇ ਲਈ ਕਿਹੜੀਆਂ ਜਿਹੜੀਆਂ ਨੇ ਉਹ ਆਥੈਂਟਿਕ ਵੈਬਸਾਈਟਸ ਨੇ ਜਿੱਥੇ ਜਾ ਕੇ ਉਹ ਜੋਬ ਸਰਚ ਕਰ ਸਕਦੇ basically again it comes to website job bank is one of them then uh, even though kajiji te loki karde ne workopolis te karde ne these are some of the website fir har profession di different different ne <laughs> so aboriginal di jeda main dassiyan newcomers websites ne so all start they because these are all different website for different professions <laughs> so it's a very dif difficult to say ki ye particular kyunki it depends again from profile to profile So you cannot have a, I mean, a senior management profile on on Indeed or something like that. ਜੀ ਜਿਵੇਂ ਅਸੀਂ ਕੋਵਿਡ-19 ਪੈਂਡੈਮਿਕ ਦੇ ਡਿਊਰਿੰਗ ਦੇਖਿਆ ਹੈ ਕਿ ਕੈਨੇਡਾ ਦੀ ਗੱਲ ਕਰੀਏ ਜਾਂ ਯੂਕੇ ਯੂਐਸਏ ਦੀ ਗੱਲ ਕਰੀਏ ਜਿਹੜੇ ਸਕਿਲਡ ਵਰਕਰਸ ਨੇ ਉਹਨਾਂ ਦੀਆਂ ਜਿਹੜੀ ਨੀਡ ਹੈ ਉਹ ਕਾਫੀ ਜ਼ਿਆਦਾ ਚੇਂਜ ਹੋ ਗਈ ਹੈ ਪਹਿਲਾਂ ਸਾਨੂੰ ਜੇ ਆਈਟੀ ਚ ਜ਼ਿਆਦਾ ਲੇਬਰ ਦੀ ਜ਼ਰੂਰਤ ਸੀ ਹੁਣ ਹੈਲਥ ਵਰਕਰਸ ਜਿਹੜੇ ਨੇ ਅਰਜੈਂਸੀ ਚ ਚਾਹੀਦੇ ਨੇ ਸੋ ਤੁਸੀਂ ਕੀ ਤੁਹਾਨੂੰ ਲੱਗਦਾ ਹੈ ਕਿ ਵੀ ਕਿਹੜੇ ਸਕਿਲਸ ਨੇ ਜਿਹੜੇ ਇਸ ਟਾਈਮ ਤੇ ਜਿਹੜੇ ਐਲਐਮਆਈ ਲਈ ਜ਼ਿਆਦਾ ਜਿਹੜੇ ਡਿਮਾਂਡ ਦੇ ਵਿੱਚ ਨੇ ਔਰ ਜਿਹੜਾ ਐਪਲੀਕੈਂਟ ਹੈ ਉਹ ਅਗਰ ਉਹਨਾਂ ਸਕਿਲਸ ਨਾਲ ਮੈਚ ਕਰਦਾ ਤਾਂ ਉਹ ਪਹਿਲਾਂ ਹੀ ਤਿਆਰੀ ਕਰਕੇ ਰੱਖਣ ਕਿ ਇਹ ਸਕਿੱਲਸ ਜਿਹੜੇ ਇਨ ਡਿਮਾਂਡ ਹੋਣ ਵਾਲੇ ਨੇ ਸਪੈਸ਼ਲੀ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਰਗਨੀ ਜੀ ਬੇਸਿਕਲੀ ਕੋਈ ਵੀ profession ਅੱਜ ਦੀ ਡੇਟ 'ਚ ਐਲ ਐਮ ਆਈ ਅਪਰੂਵ ਇਸ ਨਾਟ ਐਨ ਇਸ਼ੂ ਐਟ ਆਲ ਉਹ ਅਪਰੂਵਲ ਹੋ ਰਹੀਆਂ ਨੇ ਬਟ ਬ੍ਰਿੰਗਿੰਗ ਦ ਪੀਪਲ ਫਰਮ ਓਵਰਸੀਜ਼ ਟੂ ਕੈਨੇਡਾ ਇਜ਼ ਅ ਵੈਰੀ ਵੈਰੀ ਡਿਫਿਕਲਟ ਟਾਸਕ ਕਿਉਂਕਿ ਅੱਜ ਦੀ ਡੇਟ ਐਪਲੀਕੇਸ਼ਨ ਪ੍ਰੋਸੈਸਿੰਗ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਪਹਿਲਾਂ 90 ਦਿਨ ਦਾ ਪ੍ਰੋਸੈਸਿੰਗ ਟਾਈਮ ਹੁੰਦਾ ਸੀਗਾ ਹੁਣ ਤਾਂ ਕੋਈ ਮਤਲਬ ਅੰਤ ਹੀ ਹੈ ਨਹੀਂ 6 6 8 8 ਮਹੀਨੇ ਲੱਗ ਇਨ ਕੈਨੇਡਾ ਵਿਜ਼ਟਰ ਵੀਜ਼ੇ ਤੇ ਨੇ ਜਾਂ ਕਿਸੇ ਵੀ ਹੋਰ ਦੇ ਸ਼ੁੱਡ ਹੈਵ ਅ ਵੈਲਿਡ ਸਟੇਟਸ ਉਹਨਾਂ ਨੂੰ ਜਿਹੜਾ ਵਾ ਬਹੁਤ ਫਾਸਟ ਜਿਹੜਾ ਵਾ ਇਰਸਪੈਕਟਿਵ ਆਫ ਕਿਹੜੇ profession ਚ ਨੇ ਉਹਨਾਂ ਦੀ ਐਲਐਮਆਈ ਨੂੰ ਵਰਕ ਪਰਮਿਟ ਚ ਕਨਵਰਸ਼ਨ ਬਹੁਤ ਫਾਸਟ ਹੋ ਰਹੀ ਹੈ ਠੀਕ ਹੈ ਇਸ ਤੋਂ ਇਲਾਵਾ ਜਿੱਦਾਂ ਤੁਸੀਂ ਹੈਲਥ ਵਰਕਰ ਦੀ ਕੁਝ ਕੈਟਾਗਰੀਜ਼ ਦੇ ਵਿੱਚ ਹੁਣ ਤੱਕ ਖੈਰ ਇੰਡੀਆ ਤੋਂ ਵੈਸੇ ਬੰਦ ਹੋਈਆਂ ਨੇ ਆਦਰਵਾਇਜ਼ ਇੰਡੀਆਸ ਤੋਂ ਵੀ ਓਵਰਸੀਜ਼ ਤੋਂ ਕਿਤੋਂ ਵੀ ਜਿਹੜਾ ਵਰਕ ਪਰਮਿਟ ਦੀਆਂ ਜਿਹੜੀਆਂ ਐਪਲੀਕੇਸ਼ਨ ਸਪੈਸ਼ਲੀ ਵਿਦ ਰੈਫਰੈਂਸ ਟੂ ਹੈਲਥ ਸੈਕਟਰ ਐਂਡ ਆਰਟਿਸਟਿਕ ਜਿਹੜੇ ਆਰਟ ਦੇ ਫੀਲਡ ਦੇ ਵਿੱਚ ਬਲੋਂਗ ਕਰਦੇ ਦੇ ਵਰ ਸਟਿਲ 기ਵਨ ਅ ਵਰਕ ਪਰਮਟ ਜੀ ਜਿਵੇਂ ਅਸੀਂ ਗੱਲ ਕੀਤੀ ਕਿ ਕੁਝ categories ਜਿਹੜੀਆਂ ਆਊਟਸਾਈਡ ਕੈਨੇਡਾ ਤੋਂ ਵੀ ਉਹਨਾਂ ਦਾ ਜਿਹੜਾ ਅਪਰੂਵਲ ਹੋ ਰਿਹਾ ਚਾਹੇ ਟਾਈਮ ਜ਼ਿਆਦਾ ਲੱਗ ਰਿਹਾ ਜੇ ਇਨਸਾਈਡ ਕੈਨੇਡਾ ਕੋਈ ਟੂਰਿਸਟ ਵੀਜ਼ਾ ਤੇ ਜਾਂ ਵਿਜ਼ਿਟਰ ਵੀਜ਼ਾ ਤੇ ਆਇਆ ਤੇ ਉਹ ਚਾਹੁੰਦੇ ਨੇ ਕਿ ਉਹ LMIA ਜਿਹੜੀ ਹੈ ਉਹ ਅਪਲਾਈ ਕਰਦੇ ਉਹਦਾ ਕੀ ਬਰੀਫ ਦੇ ਵਿੱਚ ਕੀ ਪ੍ਰੋਸੀਜਰ ਹੈ ਜਿੱਦਾਂ ਮੈਂ ਦੱਸਿਆ LMI ਦੇ ਲਈ ਜੌਬ ਬੈਂਕ ਤੇ ਵਿੱਚ ਐਡ ਐਡਵਰਟਾਈਜ਼ਮੈਂਟ ਦੇ ਰਿਕੁਆਇਰਮੈਂਟ ਐਡਵਰਟਾਈਜ਼ਮੈਂਟ ਦੇ ਵੀ ਸਪੈਸ਼ਲ ਪੈਰਾਮੀਟਰਸ ਨੇ ਯੂ ਹੈਵ ਟੂ ਮੀਟ ਦੋਜ਼ ਐਂਡ ਮਿਨਿਮਮ 30 ਡੇਜ਼ ਆਫ ਐਡਵਰਟਾਈਜ਼ਮੈਂਟ ਹੈਜ਼ ਟੂ ਬੀ ਓਨ ਦਾ ਵੈਬਸਾਈਟ ਸਪੈਸ਼ਲੀ ਐਂਡ ਦੈਨ ਜੌਬ ਬੈਂਕ ਤੇ ਉਹ ਚਲਦੀ ਰਹਿੰਦੀ ਹੈ ਕਿਉਂਕਿ ਇਟਸ ਅਨ ਪੇਡ ਐਂਡ एवरीवन ਪ੍ਰਿਫਰਸ ਨਾ ਟੂ ਪੇ ਐਨੀ ਪੈਨੀ ਅਦਰ ਦਨ ਫਾਰ 30 ਡੇਜ਼ ਉਹ ਜਦ ਤੱਕ ਤੁਸੀਂ ਐਪਲੀਕੇਸ਼ਨ ਤੁਹਾਡੀ ਡਿਸੀਜਨ ਹੀ ਆ ਜਾਂਦਾ ਹੈ ਇੱਕ ਜਿਹੜੀ ਐਡਵਰਟਾਈਜ਼ਮੈਂਟ ਆ ਉਹ ਰਨਿੰਗ ਹੋਣੀ ਚਾਹੀਦੀ ਇਹ ਵਿੱਚ ਅਗੇਨ ਇਨ ਥਿਸ ਕੇਸ ਇਜ਼ ਅ ਜੌਬ ਬੈਂਕ ਤੇ ਆਪਣਾ ਪ੍ਰੋਸੈਸਿੰਗ ਟਾਈਮ ਜਿਹੜਾ ਵਾ 3 ਟੂ 4 ਵੀਕਸ ਦੇ ਵਿੱਚ ਇੰਟਰਵਿਊਜ਼ ਆ ਜਾਂਦੀਆਂ ਐਲ ਐ ਐਮ ਆਈ ਦੇ ਉਹਦੇ ਵਿੱਚ ਜਿਹੜਾ ਵਾ ਡਿਸੀਜਨ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਤੁਸੀਂ ਆਫਟਰ ਆਲ ਥੀਸ ਡਾਕੂਮੈਂਟੇਸ਼ਨ ਤੋਂ ਆਪਣੇ ਐਪਲੀਕੈਂਟ ਦੇ ਡਾਕੂਮੈਂਟਸ ਲੈ ਕੇ ਵੈਨ ਯੂ ਅਪਲਾਈ ਫਾਰ ਵਰਕ ਪਰਮਿਟ ਉਹ 2 ਵੀਕ ਦੇ ਵਿੱਚ ਵਿੱਚ ਐਜਿਡੇਟਿਵ ਵਰਕ ਪਰਮਿਟ ਇਸ਼ੂ ਹੋ ਰੇ ਪ੍ਰੇਫਰੇਬਲੀ ਜਦੋਂ ਤੁਸੀਂ ਵਿਦਨ ਕੈਨੇਡਾ ਜੀ ਜਿਵੇਂ ਅਸੀਂ ਦੇਖਿਆ ਕਿ ਕੋਵਿਡ 19 ਦੇ ਡਿਊਰਿੰਗ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਹੈ ਅੱਜ ਕਾਫੀ ਟੈਂਪਰੇਰੀ ਜਿਹੜੇ ਪਾਲਿਸੀ ਚੇਂजेस ਕੀਤੇ ਗਏ ਸੀ ਇਦਾਂ ਦਾ ਇੱਕ ਚੇਂਜ ਜਿਹੜਾ ਸੀਗਾ ਉਹ ਓਨਰ ਆਪਰੇਟਰ ਕੈਟਾਗਰੀ ਦੇ ਵਿੱਚ ਕੀਤਾ ਗਿਆ ਸੀ ਔਰ ਤੁਸੀਂ ਦੱਸਣਾ ਚਾਹੋਗੇ ਕਿ ਉਹ ਕਿਹੜੇ ਖਾਸ ਚੇਂजेस ਸੀਗੇ ਔਰ ਕਿੰਨੂ ਜ਼ਿਆਦਾ ੈਂਪਲੋਇਰ ਜਾਂ ਐਪਲੀਕੈਂਟ ਨੂੰ ਕਿਹੜੇ-ਕਿਹੜੀਆਂ ਜੜੀਆਂ ਗੱਲਾਂ ਨੇ ਉਹਦਾ ਧਿਆਨ ਰੱਖਣਾ ਹੁਣ ਚਾਹੀਦਾ ਹੈ ਜਦੋਂ ਨੈਕਸਟ ਟਾਈਮ ਉਹ ਲੇਬਰ ਦੀ ਚਾਹੀਦੀ ਡਿਮਾਂਡ ਕਰਦੇ ਨੇ ਚਾਹੇ ਜੋਬ ਲਈ ਅਪਲਾਈ ਕਰਦੇ ਨੇ ਅ ਰਗਨੀ ਜੀ ਓਨਰ ਆਪਰੇਟਰ ਦੀ ਜਿਹੜੀ ਬੇਸਿਕਲੀ ਤੁਸੀਂ 11 to covid only because this it has been going for a l, l, very long time ki ode vich amendment di requirement si kyunki owner operator is something ki koi banda foreign country to itthe aana chanda and he wants to establish his business or he wants to buy a business Jee. so there are certain requirements kisene bhi agar itthe business buy karna is category vich de vich un 50% to upar share hone chahiye us company de vich so as a non resident canadian you cannot have more than 75%. So what they do is you need uh, someone who can, who is a peer or a citizen, and with him or her, you can the incorporation, call the company, or the existing company, the share buyer, more than 50.1% or 50.01 to be honest. <coughs> then you have to, I mean, apply for individual, or they work permanently, apply. depending upon their profile. Agar wo, ਜਿਹੜਾ ਵੀ ਬੰਦਾ 50% ਤੋਂ ਉੱਤੇ ਸ਼ੇਅਰ ਨੇ ਸੋ ਬੇਸਿਕਲੀ ਆਫੀਸ਼ੀਅਲੀ ਹੀ ਇਜ਼ ਇਨ ਕੰਟਰੋਲ ਆਫ ਦਾ ਆਰਗੇਨਾਈਜੇਸ਼ਨ which means he can make a decision ਸੋ ਉਹਦੇ ਲਈ ਤੁਸੀਂ ਐਲ ਐਮ ਆਈ ਲਈ ਅਪਲਾਈ ਕਰਦੇ ਹੋ ਵਿਦ दैट ਜਿਹੜਾ ਪੁਰਾਣੇ ਰੂਲ ਸੀ ਤੁਹਾਨੂੰ ਬਿਜ਼ਨਸ ਪਲਾਨ ਬਣਾਉਣਾ ਪੈਂਦਾ ਸਾਰੀ there's a lot of things in, in, those are involved but a new changes ਜਿਹੜੀਆਂ 1st April ਤੋਂ ਆਈਆਂ ਨੇ ਉਹਦੇ ਲਈ ਤੁਹਾਨੂੰ ਇਹ ਆ ਵੀ ਯੂ ਹੈਵ ਐਡਵਰਟਾਈਜ਼ਮੈਂਟ ਹੈਜ਼ ਬਿਕਮ ਅ ਰਿਕੁਆਇਰਮੈਂਟ ਨਾ ਪਹਿਲਾਂ ਐਡਵਰਟਾਈਜ਼ਮੈਂਟ ਵੇਰੀਏਸ਼ਨ ਸੀ there was no such a requirement ਨਾਓ ਇਟ ਇਜ਼ ਰਿਕੁਆਇਰਡ ਐਸ ਵੈਲ ਜੀ ਗੱਲਾਂ ਹਜੇ ਹੋਰ ਵੀ ਨੇ ਪਹਿਲਾਂ ਰੁਕਦੇ ਆ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਤੁਸੀਂ ਦੇਖਦੇ ਰਹੋ ਦਾ ਇਮੀਗ੍ਰੇਸ਼ਨ ਸ਼ੋਅ ਬੱਤ ਸਵਾਗਤ ਹੈ ਤੁਹਾਡਾ ਬ੍ਰੇਕ ਤੋਂ ਬਾਅਦ ਜੀ ਰਾਜੀਵ ਜੀ ਅਸੀਂ ਗੱਲਬਾਤ ਕਰ ਰਹੇ ਸੀ ਓਨਰ ਆਪਰੇਟਰ ਕੈਟਾਗਰੀ ਦੀ ਤੁਸੀਂ ਦੱਸਿਆ ਕਿ ਇੱਥੇ ਜਿਹੜੀ ਹੈ ਪਾਰਟਨਰਸ਼ਿਪ ਕਰਕੇ ਜਾਂ ਫਿਰ ਇੱਕ ਜਿਹੜਾ ਓਨਰ ਹੈ ਉਹ ਆਪਦੀ ਕਾਰਪੋਰੇਸ਼ਨ ਦੀ ਜਿਹੜੀ ਸਪੋਰਟਿੰਗ ਡਾਕੂਮੈਂਟਸ ਦੇ ਕੇ ਜਿਹੜਾ ਨੇ ਜਿਹੜਾ ਹੈ ਉਹ ਐਲ ਐਮ ਆਈਏ ਦੇ ਲਈ ਜਾਂ ਵਰਕ ਪਰਮਿਟ ਦੇ ਲਈ ਜਿਹੜਾ ਅਪਲਾਈ ਕਰ ਸਕਦੇ ਨੇ ਅੱਗੇ ਉਹ ਪੀ ਆਰ ਦਾ ਜਿਹੜਾ ਪ੍ਰੋਸੈਸ ਹੈ ਤੁਸੀਂ ਦੱਸਿਆ ਕਿ ਉਹ ਵੀ ਜਿਹੜਾ ਇਹਦੇ ਨਾਲ ਥੋੜਾ ਈਜ਼ ਹੋ ਜਾਂਦਾ ਜੇ ਤੁਸੀਂ ਗੱਲ ਕਰੀਏ ਕਿ ਇੱਥੇ ਜਦੋਂ ਬਾਹਰੋਂ ਕਿਸੇ ਨੂੰ ਅਸੀਂ ਬੁਲਾਉਣਾ ਹੈ ਇਨਵੈਸਟਮੈਂਟ ਉਹ ਕਰਨ ਲਈ రెడ్డి ਨੇ ਪਰ 100% ਇਨਵੈਸਟਮੈਂਟ ਨਹੀਂ ਕਰ ਸਕਦੇ ਕੁਝ ਪੋਰਸ਼ਨ ਅਗਰ ਉਹ ਕਰ ਸਕਦੇ ਹੋ ਅਸੀਂ ਪਾਰਟਨਰਸ਼ਿਪ ਕਰਨਾ ਚਾਹੁੰਦੇ ਹੁਈ ਉਹਨਾਂ ਦੇ ਨਾਲ ਤੇ ਕੀ ਉਹਦਾ ਪ੍ਰੋਸੀਜਰ ਹੈ ਔਰ ਕਿਵੇਂ ਜਿਹੜਾ ਇਹ ਪੂਰਾ ਕਿੰਨਾ ਕੁ ਟਾਈਮ ਲੱਗਦਾ ਹੈ ਕਿਹੜੇ ਕਿਹੜੇ ਡਾਕੂਮੈਂਟਸ ਜਿਹੜੇ ਨੇ ਉਹ ਚਾਹੀਦੇ ਹੁੰਦੇ ਨੇ ਹਾਂਜੀ ਰਗਨੀ ਜੀ ਐਲ ਐਮ ਆਈ ਵਾਸਤੇ ਜਦੋਂ ਤੁਸੀਂ ਗੱਲ ਕਰ ਕੀਤੀ ਹੈ ਪਹਿਲੀ ਗੱਲ ਤਾਂ 100% ਉਹ ਅਗਰ ਚਾਹੁੰਦੇ ਹੋ ਉਹ ਦੇ ਕੈਨ ਨਾਟ ਬਾਏ ਇਟ ਬਿਕਾਜ਼ ਕੈਨੇਡੀਅਨ ਗਵਰਨਮੈਂਟ ਦੇ ਲਾਅ ਅੰਟਰੀਅਰ ਦੇ ਵਿੱਚ ਵੀ ਆ ਤੇ ਫੈਡਰਲੀ ਵੀ ਲਾਅ ਹੈ 25% ਸ਼ੇਅਰ ਜਿਹੜੇ ਨੇ ਉਹ ਕੈਨੇਡੀਅਨ ਪੀਆਰ ਜਾਂ ਸਿਟੀਜ਼ਨਸ਼ਿਪ ਦੇ ਹੋਣੇ ਜ਼ਰੂਰੀ ਨੇ ਜੀ ਠੀਕ ਹੈ ਹੁਣ ਦੇ 75% ਬਾਕੀ ਰਹਿਗੇ ਉਹ that can be from anyone who is overseas so the requirement of 50.01% ਉੱਤੇ 75 ਵੀ% ਬਾਈ ਕਰ ਸਕਦੇ ਨੇ 50.01% ਵੀ ਉਸ ਤੋਂ ਬਾਅਦ ਪੈਰਲੈਲੀ ਇੱਕ ਸ਼ੇਅਰ ਐਗਰੀਮੈਂਟ ਬੰਦਾ ਉਹਨਾਂ ਦਾ ਵੀ ਆ ਕੁਝ ਹੈਗਾ ਇੰਨੇ ਪੈਸੇ ਦਿੱਤੇ ਨੇ ਸੌਰੀ ਟ੍ਰਾਂਸ so the most important is ਕਿੰਨੀ ਦਾ ਅਮਾਉਂਟ ਦੀ ਇਨਵੈਸਟਮੈਂਟ ਰਿਕਵਾਇਰਡ presently there's nothing specified in the website or uh, immigration program but ideally anything around 2.5 lakhs dollar to upte viable proposition are so ki honda va jadon tusi e kardeo basically e loko buy karde ne jinna di age 50 de lage chagge ho jandi hai and they want to come directly and invest and earn immediately ਜੀ ਉਹਦੇ ਵਿੱਚ ਕੀ ਰਿਕੁਆਇਰਮੈਂਟ ਏ ਆ ਵੀ ਇਹ ਜਿਹੜੇ ਬੰਦੇ ਨੇ ਜਿਹੜੇ ਕੈਂਡੀਡੇਟ ਇਟ ਕੁਡ ਬੀ ਮੇਲ অর ਫੀਮੇਲ ਜਿਹੜੇ ਵੀ ਐਂਟਰਪ੍ਰੈਨਰ ਨੇ ਉਹਨਾਂ ਨੂੰ ਆਨਲੀ ਐਟ ਲੀਸਟ ਉਹ ਗ੍ਰੈਜੂਏਟ ਹੋਣ ਓਵਰ ਸੀਸ ਤੋਂ ਤੇ 6 ਬੈਂਡ ਇਨ ਈਚ ਆਫ ਦਾ 4 ਮੋਡਿਊਲ ਲੈ ਸਕਣ ਤੇ ਉਹਨਾਂ ਦੀ ਜਦੋਂ ਐਲ ਐਮ ਆਈ ਡਬਲ ਓ ਨੌਕ ਦੀ ਐਲ ਐਮ ਆਈ ਕਹਿੰਦੇ ਇਹਨੂੰ ਠੀਕ ਹੈ ਉਹਦੇ ਨਾਲ ਕੀ ਹੁੰਦਾ ਉਹਨਾਂ ਨੂੰ ਇਹ ਰਾਈਟ ਅਵੇ 200 ਪੁਆਇੰਟ ਮਿਲ ਜਾਂਦੇ ਨੇ ਦ ਮੂਮੈਂਟ ਦੇ ਗੇਟ 200 ਪੁਆਇੰਟਸ ਅਲੋਂਗ ਵਿਦ ਅ ਵਰਕ ਪਰਮਿਟ ਉਹਨਾਂ ਦੀ ਐਲੀਜੀਬਿਲਟੀ ਪੀਆਰ ਲਈ ਬਣ ਜਾਂਦੀ ਹੈ ਸੋ ਦੈਟ ਇਜ਼ ਹਾਊ ਇਟ ਵਰਕਸ ਐਂਡ ਜੇ ਤੁਸੀਂ ਗੋਇੰਗ ਫਰਦਰ ਇਨਾਂ ਨੂੰ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਪੈਂਦਾ ਵਾ ਜਾਂ ਕਈਆਂ ਦਾ ਲੱਗੇ ਹੁੰਦੇ ਨੇ ਤਾਂ ਕਿ ਉਹ ਇਮੀਡੀਏਟਲੀ ਆ ਕੇ ਇੱਥੇ ਕੰਮ ਕਰ ਸਕਣ ਐਜ਼ ਅ ਔਨ ਐਨ ਅਪਲਾਈਡ ਸਟੇਟਸ ਤੇ ਇਹਦੇ ਨਾਲ ਇਹਨਾਂ ਦੀ ਫੈਮਿਲੀ ਨੂੰ ਵੀ ਓਪਨ ਵਰਕ ਪਰਮਿਟ ਮਿਲ ਜਾਂਦਾ ਹਸਬੰਡ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਬੱਚਿਆਂ ਦੇ ਡਿਪੈਂਡਿੰਗ ਅਪਨ ਦੇ ਰੇਜ ਦੇ ਗੈਟ ਅ ਸਟੱਡੀ ਪਰਮਿਟ ਜੀ ਜਿਵੇਂ ਅਸੀਂ ਨਾਰਮਲ ਐਲਐਮਆਈ ਲਈ ਦੇਖਦੇ ਹਾਂ ਕਿ ਜੌਬ ਬੈਂਕ ਦੇ ਉੱਤੇ ਤੁਹਾਨੂੰ ਜਿਹੜੀ ਐ ਉਹ ਜੌਬ ਐਡਵਰਟਾਈਜ਼ ਕਰਨੀ ਪੈਂਦੀ ਹੈ ਕੁਝ ਸਮੇਂ ਦੇ ਲਈ ਇਹਦੇ ਲਈ ਵੀ ਕੁਛ ਇਦਾਂ ਦਾ ਕੋਈ ਪ੍ਰੋਵੀਜ਼ਨ ਹੈ ਕਿ ਤੁਹਾਨੂੰ ਕੁਝ ਜਿਹੜਾ ਐ ਐਡਵਰਟਾਈਜ਼ ਕਰਨਾ ਪਵੇ ਜਾਂ ਕੋਈ ਐਡ ਦੇਣੀ ਪਵੇ ਜਾਂ ਇਹ ਜਿਹੜਾ ਐ ਦੋਨਾਂ ਪਾਰਟਨਰਸ ਦੀ ਆਪਸੀ ਗੱਲਬਾਤ ਹੈ ਇਹਦੇ ਲਈ ਕਿਤੇ ਸਾਨੂੰ ਕੁਝ ਜਿਹੜਾ ਪਬਲਿਸ਼ ਕਰਨ ਦੀ ਲੋੜ ਨਹੀਂ ਹੈ 31 ਮਾਰਚ ਕੋਈ ਐਡਵਰਟਾਈਜ਼ਮੈਂਟ ਦੀ ਰਿਕੁਆਇਰਮੈਂਟ ਹੈ ਨਹੀਂ ਸੀ ਹੁਣ ਜਿਹੜਾ 1 ਅਪ੍ਰੈਲ ਤੋਂ ਰੂਲਸ ਚੇਂਜ ਹੋ ਗਏ ਉਹਦੇ ਵਿੱਚ ਐਡਵਰਟਾਈਜ਼ਮੈਂਟ ਦੀ ਰਿਕੁਆਇਰਮੈਂਟ ਹੈਗੀ ਜੀ ਤੇ ਕਿਹੜੀ ਕਿਵੇਂ ਉਹ ਜਿਹੜੀ ਐਡਵਰਟਾਈਜ਼ਮੈਂਟ ਹੈ ਉਸ ਅਸੀਂ ਕਿੱਥੇ ਪੋਸਟ ਕਰਨੀ ਹੈ ਕਿੱਥੇ ਪਬਲਿਸ਼ ਕਰਨੀ ਜੌਬ ਬੈਂਕ ਦੇ ਵਿੱਚ ਕਰਨੀ ਪੈਂਦੀ ਹੈ ਕ੍ਰਿਕ ਲਿਸਟ ਵਰਕ ਪੋਲਿਸ ਆ ਇਦਾਂ ਦੀ ਜਿਹੜੀਆਂ ਪ੍ਰੋਮਿਨੈਂਟ ਰਿਪਿਊਟਡ ਵੈਬਸਾਈਟਸ ਉਹਨਾਂ ਦੇ ਵਿੱਚ ਰਿਕੁਆਇਰਮੈਂਟ ਹੁੰਦੀ ਹੈ ਜੀ ਤੇ ਇਹਦੇ ਨਾਲ ਕੋਈ ਸਪੋਰਟਿੰਗ ਡਾਕੂਮੈਂਟਸ ਵੀ ਸਾਨੂੰ ਨਾਲ ਦੇਣੇ ਪੈਂਦੇ ਬਿਲਕੁਲ ਸਪੋਰਟਿੰਗ ਡਾਕੂਮੈਂਟਸ ਉਸ ਕੰਪਨੀ ਦੀਆਂ ਫਾਈਨੈਂਸ਼ੀਅਲਸ ਲੱਗਦੀਆਂ ਉਸ ਕੰਪਨੀ ਦੇ ਬੈਂਕ ਸਟੇਟਮੈਂਟ ਲੱਗਦੀ ਪੀ 784 ਸਮਰੀ ਇਹ ਸਾਰੀਆਂ ਚੀਜ਼ਾਂ ਲੱਗਦੀਆਂ ਤਾਂ ਕਿ ਜਿਹੜੀ ਇਹ ਪੋਜੀਸ਼ਨ ਹੈ ਇਸ ਬੇਸਿਕਲੀ ਅਪਰੋਕਸੀਮੇਟਲੀ 57 ਟੂ 58 ਡਾਲਰ ਜਾਂ ਫਿਰ 60 ਡਾਲਰ ਪਰ ਆਵਰ ਦੀ ਹੁੰਦੀ ਸੋ ਗਿਵ ਐਂਡ ਟੇਕ 100000 ਐਂਡ ਪਲੱਸ ਐਨੂਅਲ ਸੈਲਰੀ ਹੁੰਦੀ ਸੋ ਫਾਈਨੈਂਸ਼ੀਅਲੀ ਜਸਟੀਫਾਈ ਕਰਨਾ ਵੀ ਜ਼ਰੂਰੀ ਹੈ ਵੀ ਤੁਸੀਂ ਇਹ ਬਿਜ਼ਨਸ ਬਾਇ ਕਰ ਰਹੇ ਹੋ ਇਹ ਸੈਲਰੀ ਕੱਢਣੀ ਜਾਂਦੇ ਹੋ ਕਿ ਆ ਜਿਹੜੀ ਆਰਗੇਨਾਈਜੇਸ਼ਨ ਆ ਕੰਪਨੀ ਆ ਫਾਈਨੈਂਸ਼ੀਅਲੀ ਵਾਇਬਲ ਹੈ ਕਿ ਨਹੀਂ ਚੀਜ਼ਾਂ ਸੋ ਇਹ ਜ਼ਰੂਰੀ ਹੈ ਜੀ ਰਾਜੀਵ ਜੀ ਬਹੁਤ ਵਾਰੀ ਇਦਾਂ ਹੁੰਦਾ ਹੈ ਕਿ ਵਿਦੇਸ਼ਾਂ ਤੋਂ ਖਾਸ ਕਰਕੇ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤੇ ਕਈ ਸਕਿਲਡ ਵਰਕਰਸ ਹੁੰਦੇ ਨੇ ਉੱਥੇ ਪਰ ਉਹ ਆਪਣੀ ਜਿਹੜੀ IELTS ਦਾ ਐਗਜ਼ਾਮ ਹੈ ਉਹਦੇ ਚ ਬੈਂਡ ਨਹੀਂ ਲੈ ਪਾਉਂਦੇ ਬਟ ਉਹ ਆਉਣਾ ਚਾਹੁੰਦੇ ਨੇ ਇੱਥੇ ਉਹਨਾਂ ਦੇ ਲਈ ਕੋਈ ਇਹੋ ਜਿਹਾ ਪ੍ਰੋਜੈਕਟ ਜਾਂ ਕੋਈ ਪ੍ਰੋਗਰਾਮ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਸ਼ੁਰੂ ਕੀਤਾ ਗਿਆ ਜਿੱਥੇ ਉਹ ਜਿਹੜੇ ਵਿਦਆਊਟ ਜਿਹੜੀ ਆਪਣੀ ਇੰਗਲਿਸ਼ ਦੀ ਪ੍ਰੋਫੀਸ਼ੈਂਸੀ ਦੱਸੇ ਬਿਨਾ ਜਿਹੜਾ ਆ ਉਹ ਸਿਰਫ ਆਪਣੇ ਜਿਹੜਾ ਕੰਮ ਦੀ ਸਕਿੱਲ ਦੇ ਬੇਸਿਸ ਦੇ ਉੱਤੇ ਇਥੇ ਆ ਸਕਦੇ ਨੇ ਹਾਂ ਰਤਨੀ ਜੀ ਜਿੱਦਾਂ ਮੈਂ ਪਹਿਲਾਂ ਦੱਸਿਆ IELTS ਇਸ ਨਾਟ ਅ ਮੰਡੇਟ ਮੈਂਡੇਟਰੀ ਪਾਰਟ ਫਾਰ ਐਲ ਐਮ ਆਈ ਆਰ ਵਰਕ ਪਰਮਿਟ ਬਟ ਇਟਸ ਅ ਰਿਕੁਆਇਰਮੈਂਟ ਲੋਕਲ ਅਵੇ ਜੇ ਆਂਦੀ ਹੋਵੇ ਇਟਸ ਐਨ ਐਸੈਟ ਚਾਹੇ ਇੰਗਲਿਸ਼ ਹੋਵੇ ਜਾਂ ਫ੍ਰੈਂਚ ਹੋਵੇ ਇਟਸ ਐਨ ਐਸ ਪਰ ਕਈ ਹੁਣ ਸਾਡੇ ਜਦੋਂ ਚੀਜ਼ਾਂ ਨੇ ਕੋਈ ਕੁੱਕ ਆ ਜਾਂ ਕਿਸੇ ਮੰਦਰ ਗੁਰਦੁਆਰੇ ਦੇ ਵਿੱਚ ਤੁਸੀਂ ਆਪਣਾ ਵੁੱਡ ਵਰਕ ਦਾ ਜਿਹੜਾ ਕੰਮ ਆ ਉਹਦੇ ਲਈ ਤੁਹਾਨੂੰ ਕਰਾਫਟਸਮੈਨ ਚਾਹੀਦੇ ਨੇ ਸੋ ਸਾਡੇ ਰੂਰਲ ਏਰੀਆ ਦੇ ਜਿਹੜੇ ਲੋਕ ਨੇ ਉਹਨਾਂ ਕੋਲ ਹਾਲੀ 8ਵੀਂ ਵੀ ਨਹੀਂ ਪਾਸ ਹੁੰਦੇ ਇੰਗਲਿਸ਼ ਦੀ ਤਾਂ ਗੱਲ ਛੱਡ ਦਿਓ ਉਹਨਾਂ ਨੂੰ ਸਿਰਫ ਨੇਟਿਵ ਲੈਂਗੁਏਜ ਆਉਂਦੀ ਹੈ ਦੀ ਜੀ ਉਹਨਾਂ ਉਹ ਵੀ एलिਜੀਬਲ ਹੋ ਜਾਂਦੇ ਨੇ ਪ੍ਰੋਵਾਈਡਡ ਤੁਹਾਡੇ ਕੋਲ ਜਸਟੀਫਿਕੇਸ਼ਨ ਹੋਵੇ ਯੂ ਆਰ ਇਨ ਅ ਪੋਜੀਸ਼ਨ ਟੂ ਐਕਸਪਲੇਨ ਟੂ ਦਾ ਅਫੀਸਰ ਪ੍ਰੋਗਰਾਮ ਮੈਨੇਜਰ ਉਹਨਾਂ ਨੂੰ ਐਕਸਪਲੇਨ ਕਰਨ ਜੋਗੇ ਹੋਵੇ ਵੀ ਹਾਂ ਜੀ ਇਹ ਬੰਦੇ ਇਹਨਾਂ ਕੋਲੇ ਇਹਨਾਂ ਨੇ ਬੈਕ ਹੋਮ ਫਲਾਣੇ ਫਲਾਣੇ ਪ੍ਰੋਜੈਕਟ ਕੀਤੇ ਨੇ ਤੇ ਦੇ ਕੈਨ ਡਿਲੀਵਰ ਦਾ ਜੌਬ ਦੇ ਕੈਨ ਡੂ ਇਟ ਹਾਂਜੀ ਉਹਨਾਂ ਲਈ ਕੋਈ ਸਾਰੀਆਂ ਕੰਡੀਸ਼ਨਸ ਵੀ ਵੇਵ ਆਫ ਹੋ ਜਾਂਦੀ ਹੈ ਜੀ ਜਿਵੇਂ ਤੁਸੀਂ ਕਿਹਾ ਕਿ ਉਹ ਜਸਟੀਫਿਕੇਸ਼ਨ ਉਹਨਾਂ ਨੂੰ ਜੇ ਉਹ ਸਪੋਰਟਿੰਗ ਡਾਕੂਮੈਂਟਸ ਦੇ ਦਿੰਦੇ ਨੇ ਤਾਂ ਜਿਹੜਾ ਆਫੀਸਰ ਆ ਬੇਸਿਕਲੀ ਅਸੀਂ ਉਹਨਾਂ ਨੂੰ ਇਹ ਦੱਸਣਾ ਹੈ ਕਿ ਉਹ ਇਸ ਕੰਮ ਦੇ ਲਈ ਜਿਹੜੇ ਨੇ ਉਹ एलिਜੀਬਲ ਨੇ ਉਹ ਜਿਹੜੇ ਡਾਕੂਮੈਂਟਸ ਦੀ ਅਸੀਂ ਗੱਲ ਕਰੀਏ ਕਿਵੇਂ ਕਿਸ ਕਿਹੜੇ ਡਾਕੂਮੈਂਟਸ ਨੇ ਜਿਹੜੇ ਉਹ ਪ੍ਰੈਜ਼ੈਂਟ ਕਰ ਸਕਦੇ ਹਾਂ ਇਦਾਂ ਹੁੰਦਾ ਵਾ ਵੀ ਜਿੱਦਾਂ ਵੀ ਇਦਾਂ ਦੇ ਕੋਈ ਕੰਮ ਹੁੰਦੇ ਨੇ ਜਿੱਦਾਂ ਕਿਸੇ ਮੰਦਿਰ ਗੁਰਦੁਆਰੇ ਦੇ ਜਿਹੜੇ ਵੱਡੇ ਪ੍ਰੋਜੈਕਟ ਹੁੰਦੇ ਨੇ ਇਹਨਾਂ ਸਾਰੇ ਗੁਰਦੁਆਰੇ ਮੰਦਿਰ ਵਾਲਿਆਂ ਨੇ ਜਾਂ ਕਿਸੇ ਵੀ ਹੋਰ ਇਦਾਂ ਰਿਲੀਜੀਅਸ ਨੇ ਕੋਈ ਵੀ ਹੋਰ ਇਹਨਾਂ ਨੇ ਸਾਰੇ ਅੱਗੇ ਕੰਟਰੈਕਟ ਦਿੱਤੇ ਹੁੰਦੇ ਉਹ ਸੋ ਇੱਕ ਉਹਨਾਂ ਨੂੰ ਲੈਟਰਸ ਜਾਂ ਕੋਈ ਕੰਟਰੈਕਚੁਅਲ ਡਾਕੂਮੈਂਟ ਹੁੰਦਾ ਵੀ ਆ ਅਸੀਂ ਇਹਨਾਂ ਨੇ ਕੰਪਲੀਸ਼ਨ ਕੀਤੀ ਹੈ ਉਹ ਇਸ਼ੂ ਹੁੰਦਾ ਉਹ ਲੈ ਲੈਂਦੇ ਸੋ ਨਾਲ ਲੱਗ ਜਾਂਦੇ ਨੇ ਪਲੱਸ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਜਿਹਨੂੰ ਆਪਾਂ ਹਿੰਦੀ ਦੇ ਸ਼ਿਲਪਕਾਰ ਵੀ ਕਹਿ ਦਿੰਦੇ ਨੇ ਸਮਥਿੰਗ ਲਾਈਕ ਦੈਟ ਹਾਂਜੀ ਹਾਂਜੀ ਤੇ ਇਹਨਾਂ ਦੇ ਲਈ ਜੇ ਅਸੀਂ ਗੱਲ ਕਰੀਏ ਫਾਈਨੈਂਸ਼ੀਅਲ ਫੰਡਸ ਦੀ ਕੋਈ ਇਹਨਾਂ ਨੂੰ ਫੰਡਸ ਸ਼ੋ ਕਰਨੇ ਪੈਂਦੇ ਨੇ ਜਾਂ ਕੋਈ ਸੈਲਰੀ ਦਾ ਕੋਈ ਬੇਸ ਮਿਨੀਮਮ ਕੀ ਐਨ ਆਈ ਅਰਨ ਕਰਦੇ ਹੋਣੇ ਚਾਹੀਦੇ ਨੇ ਬੈਕ ਹੋਮ ਜਦੋਂ ਕੋਈ ਇਦਾਂ ਦੇ ਪ੍ਰੋਜੈਕਟ ਦੇ ਗੱਲ ਕਰਦੇ ਵੀ ਇਹ ਫਲਾਣਾ ਪ੍ਰੋਜੈਕਟ ਕੀਤਾ ਹੋਇਆ ਉਹ ਜਦੋਂ ਕੰਟਰੈਕਟ ਹੁੰਦਾ ਉਹਦੇ ਵਿੱਚ ਕੰਟਰੈਕਟ ਦੇ ਵਿੱਚ ਆਲਰੇਡੀ ਸਪੈਸੀਫਾਈਡ ਹੁੰਦਾ ਵੀ ਇਹਨਾਂ ਨੇ ਫਲਾਣਾ ਫਲਾਣੀ ਜਗ੍ਹਾ ਫਲਾਣਾ ਕੰਟਰੈਕਟ ਕੀਤਾ ਸੀ ਉਹਦੇ 'ਚ ਇਹਨੇ ਪੈਸੇ ਲਏ ਸੀ ਹੁਣ ਅਸੀਂ ਜਿੱਦਾਂ ਇੱਥੇ ਕੋਈ ਉਹਨਾਂ ਨੂੰ ਕੰਟਰੈਕਟ ਦੇ ਰਹੇ ਆ ਤੇ ਇਹ ਸੈਲਰੀਜ਼ ਦੇਵਾਂਗੇ ਤੇ ਇਹ ਉਹਨਾਂ ਦਾ ਕੰਮ ਹੋ ਸੋ ਆਲਰੇਡੀ ਮੈਂਸ਼ਨ ਹੁੰਦਾ ਐਂਡ ਇਟਸ ਨਾਟ ਮੰਡੇਟਰੀ ਕਿ ਉਹਨਾਂ ਦੇ ਕੋਲ ਵੀ 10000 ਡਾਲਰ ਜਾਂ 10 ਲੱਖ ਰੁਪਈਆ ਅਕਾਊਂਟ ਦੇ ਵਿੱਚ ਹੋਣਾ ਚਾਹੀਦਾ ਬੈਕ ਉਹਨੂੰ ਇਟਸ ਨਾਟ ਰਿਕੁਆਇਰਡ ਜੀ ਰਾਜੀਵ ਜੀ ਜਿਵੇਂ ਤੁਸੀਂ ਦੱਸਿਆ ਕਿ ਜਦੋਂ ਅਸੀਂ ਐਲਐਮਆਈਏ ਦੇ ਲਈ ਲੇਬਰ ਦੀ ਜਿਹੜੀ ਉਹ ਡਿਮਾਂਡ ਕਰਨੀ ਹੁੰਦੀ ਹੈ ਉਦੋਂ ਸਾਨੂੰ ਫਾਈਨੈਂਸ਼ੀਅਲ ਜਿਹੜੀ ਆਪਣੀ ਸਟੇਬਿਲਿਟੀ ਹੈ ਕੰਪਨੀ ਦੀ ਉਹ ਦਿਖਾਉਣੀ ਪੈਂਦੀ ਹੈ ਬਹੁਤੀ ਵਾਰੀ ਇਦਾਂ ਹੁੰਦਾ ਹੈ ਕਿ ਕੰਪਨੀ ਆਲਰੇਡੀ ਜਿਹੜੀ ਹੈ ਉਹਨਾ ਪ੍ਰੋਫਿਟ ਨਹੀਂ ਕਰ ਰਹੀ ਹੁੰਦੀ ਜਾਂ ਲਾਸਟ ਚ ਜਾ ਰਹੀ ਹੁੰਦੀ ਹੈ ਅਜਿហេਤਿ ਕਿਵੇਂ ਜਿਹੜਾ ਏਮਪਲੋਇਰ ਹੈ ਉਹ ਇਹ ਸ਼ੋਅ ਕਰ ਸਕਦਾ ਹੈ ਕਿ ਮੈਂ ਇੱਕ ਹੋਰ ਏਮਪਲੋਈ ਨੂੰ ਜਿਹੜਾ ਆ ਉਹ ਏਮਪਲੋਇਮੈਂਟ ਦੇ ਸਕਦਾ ਰਗਣੀ ਇਹਦੇ ਚ ਦੋ ਚੀਜ਼ਾਂ ਨੇ ਜੇ ਤਾਂ ਜਿਹਦੀ ਤੁਸੀਂ ਐਲਐਮਆਈ ਪ੍ਰੋਸੈਸ ਕਰਨੀ ਆ ਉਹ ਅਗਰ ਐਪਲੀਕੈਂਟ ਆਲਰੇਡੀ ਐਗਜ਼ਿਸਟਿੰਗ ਏਮਪਲੋਇਰ ਨਾਲ ਕੰਮ ਕਰਦਾ ਸੋ ਇਟਸ ਮੱਚ ਈਜ਼ੀਅਰ ਬਿਕੋਜ਼ ਹੀ ਇਸ ਆਲਰੇਡੀ ਪੇਇੰਗ ਦ ਸੈਲਰੀ ਟੂ ਦੈਟ ਏਮਪਲੋਈ ਠੀਕ ਹੈ ਜੀ ਜੇ ਤੁਸੀਂ ਐਡੀਸ਼ਨਲ ਏਮਪਲੋਇਰ ਏਮਪਲਾਈ ਐਡ ਕਰਨਾ ਵਾ ਫਿਰ ਤੈਨੂੰ ਜਿਹੜਾ ਵਾ ਜੇ ਤੁਹਾਡੀ ਐਡੀਸ਼ਨਲ ਫਾਈਨੈਂਸ਼ੀਅਲ ਸਪੋਰਟ ਨਹੀਂ ਕਰਦੀ ਹੈ ਬਟ ਯੂ ਹੈਵ ਆ ਫੰਡਸ ਇਨ ਦ ਕੰਪਨੀ ਜੀ ਠੀਕ ਹੈ ਬੈਂਕ ਦੇ ਵਿੱਚ ਪੈਸੇ ਹੈ ਨਹੀਂ ਬਟ ਯੂ ਸਟਿਲ ਹੈਵ ਫੰਡਸ ਇਨ ਦਾ ਕੰਪਨੀ ਫਿਰ ਤੁਹਾਨੂੰ ਇੱਕ ਅਟੈਸਟੇਸ਼ਨ ਜਿਹੜੀ ਆ ਲੈਟਰ ਲੈ ਕੇ ਤੇ ਉਹ ਸਬਮਿਟ ਕਰਾਣੀ ਪੈਂਦੀ ਹੈ ਥੈਟ ਕੁਡ ਬੀ ਫਰਮ ਅ ਸੀਪੀਏ অর ਫਰਮ ਦਾ ਲਾਇਰ ਜੀ ਠੀਕ ਹੈ ਜੀ ਤੁਹਾਨੂੰ ਲਗਾਨੀ ਪੈਂਦੀ ਹੈ ਤੇ ਜਸਟ ਥੋੜਾ ਜਿਹਾ ਮੈਂ ਐਡ ਕਰਨਾ ਚਾਹਾਂਗਾ ਵੀ ਪਿਲ ਨੂੰ ਜਿਹੜੀਆਂ ਐਲ ਐਮ ਆਈ ਅਪਲੀਕੇਸ਼ਨ ਸੀ ਬਾਈ ਮੇਲ ਜਾਂ ਵਾਇਆ ਈਮੇਲ ਆ ਦੇ ਵਾਇਆ ਫੈਕਸ ਜਾਂਦੀ ਸੀ ਲਾਸਟ ਇਅਰ ਸਪਟੰਬਰ ਅਕਤੂਬਰ ਦੇ ਵਿੱਚ ਦੇ ਸਟਾਰਟਡ ਟੇਕਿੰਗ ਅਪਲੀਕੇਸ਼ਨ via email and lately they have started uh, taking application on the job site job bank de portal de utte aur oda jehda decision vi hai o tusi apna on portal jehda view kar sakde ho ਜੀ ਰਾਜੀਵ ਜੀ ਜਿਹੜੇ ਸਾਡੇ ਦਰਸ਼ਕ ਨੇ ਜਿਉ ਇਸ ਪ੍ਰੋਗਰਾਮ ਦੇ ਬਾਰੇ ਜਾਂ ਹੋਰ ਜਿਹੜੀ ਆਪਾਂ ਜਾਣਕਾਰੀ ਅੱਜ ਸਾਂਝੀ ਕੀਤੀ ਹੈ ਉਹਦੇ ਬਾਰੇ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਨੇ ਤਾਂ ਉਹ ਤੁਹਾਨੂੰ ਕਿੱਥੋਂ ਕਿੱਥੇ ਕੰਟੈਕਟ ਕਰ ਸਕਦੇ ਨੇ ਤੁਸੀਂ ਆਪਣੀ ਕੰਟੈਕਟ ਇਨਫੋਰਮੇਸ਼ਨ ਜਿਹੜੀ ਸ਼ੇਅਰ ਕਰ ਸਕਦੇ ਹਾਂ ਹਾਂਜੀ ਰਾਘਵੀ ਜੀ ਇਹਦੇ ਵਾਸਤੇ ਜੇ ਜਿਹੜਾ ਵੀ ਕੋਈ ਏਮਪਲੋਇਰ ਆਸ ਐਸ ਵੈਲ ਐਸ ਅ ਏਮਪਲੋਈ ਜਾਂ ਕੋਈ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਉਹ ਸਾਨੂੰ ਫੋਨ ਕਰ ਸਕਦੇ ਨੇ 9056968008 ਤੇ ਜਾਂ ਸਾਨੂੰ ਈਮੇਲ ਕਰ ਸਕਦੇ ਨੇ info@oceanimmigration.ca ਜੀ ਬਹੁਤ ਬਹੁਤ ਸ਼ੁਕਰੀਆ ਨਜੀਬ ਜੀ ਉਮੀਦ ਕਰਦੇ ਹਾਂਗੇ ਤੁਹਾਡੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਜਿਹੜੀ ਹੈ ਸਾਡੇ ਦਰਸ਼ਕਾਂ ਦੇ ਲਈ ਲਾਹੇਵੰਦ ਹੋਵੇਗੀ ਸੋ ਇਹ ਸੀ ਸਾਡਾ ਅੱਜ ਦਾ ਐਪੀਸੋਡ ਵਰਕ ਪਰਮਿਟ ਤੇ ਐਲਐਮਆਈਏ ਦੇ ਬਾਰੇ ਵਿੱਚ ਜੇਕਰ ਤੁਹਾਡੇ ਮਨ ਵਿੱਚ ਵੀ ਇਮੀਗ੍ਰੇਸ਼ਨ ਸੰਬੰਧੀ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਸਾਡੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਡਾਇਰੈਕਟ ਮੈਸੇਜ ਭੇਜ ਸਕਦੇ ਹੋ ਹੋਰ ਖਬਰਾਂ ਦੇ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ਕੈਨੇਡਾ